ਈਸਾਈ ਭਾਈਚਾਰੇ ਦੇ ਇੱਕ ਵਿਅਕਤੀ ਦੇ ਵੱਲੋਂ ਵੱਡੇ ਦਿਨ ਦੀ ਵਧਾਈ ਸੰਦੇਸ਼ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਸ੍ਰਿਸ਼ਟੀਕਰਤਾ ਲਿਖ ਕੇ ਭਗਵਾਨ ਵਾਲਮੀਕਿ ਜੀ ਦਾ ਅਪਮਾਨ ਕੀਤਾ ਗਿਆ ਸੀ। ਇਸ ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਭਗਵਾਨ ਵਾਲਮੀਕਿ ਸਤਿਕਾਰ ਸਭਾ ਦੇ ਮੀਤ ਪ੍ਰਧਾਨ ਰਾਜ ਕੁਮਾਰ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਵੈਦ ਦੀ ਅਗਵਾਈ ਵਿੱਚ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਲੱਕੀ ਵੈਦ ਨੇ ਕਿਹਾ ਕਿ ਈਸਾਈ ਭਾਈਚਾਰੇ ਨਾਲ ਸੰਬੰਧਿਤ ਸਨੀ ਖੋਸਲਾ ਨਾਂ ਦੇ ਇੱਕ ਵਿਅਕਤੀ ਵੱਲੋਂ ਵੱਡੇ ਦਿਨ ਦੀ ਵਧਾਈ ਸੰਦੇਸ਼ ਨਾਲ ਸੰਬੰਧਿਤ ਸ਼ਹਿਰ ਵਿੱਚ ਫਲੈਕਸ ਬੋਰਡ ਲਗਾਏ ਗਏ ਹਨ, ਜਿਸ ਵਿੱਚ ਵਿਅਕਤੀ ਦੇ ਵੱਲੋਂ ਪ੍ਰਭੂ ਯਿਸੂ ਮਸੀਹ ਨੂੰ ਸ੍ਰਿਸ਼ਟੀਕਰਤਾ ਲਿਖਿਆ ਗਿਆ ਹੈ, ਜੋ ਕਿ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦਾ ਅਪਮਾਨ ਹੈ, ਜਿਸ ਨਾਲ ਸਮੂਹ ਵਾਲਮੀਕਿ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ, ਕਿਉਂਕਿ ਪੂਰੇ ਵਿਸ਼ਵ ਵਿੱਚ ਵਸਦਾ ਵਾਲਮੀਕਿ ਭਾਈਚਾਰਾ ਭਗਵਾਨ ਵਾਲਮੀਕਿ ਜੀ ਨੂੰ ਹੀ ਸ੍ਰਿਸ਼ਟੀਕਰਤਾ ਦੇ ਤੌਰ ਤੇ ਮੰਨਦਾ ਹੈ। ਮੇਰਾ ਨਾਮ ਲੱਕੀ ਵੈਦ, ਜ਼ਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਸ਼ਕਤੀ ਸੈਨਾ। ਮੇਰੇ ਨਾਲ ਜੇ ਸੁਨਾਮ ਸਿੰਘ ਵਿਗਿਆਮਿੰਡ ਜੀ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਤੋਂ ਜ਼ਿਲ੍ਹਾ ਪ੍ਰਧਾਨ ਜੇ, ਭਗਵਾਨ ਵਾਲਮੀਕਿ ਸਤਿਕਾਰ ਸਭਾ ਤੋਂ ਰਾਜ ਕੁਮਾਰ ਬਹੁਤ ਜੀ, ਸੂਰਜ ਟਾਂਗ ਜੀ, ਮੰਦਰ ਪ੍ਰਬੰਧਕ ਕਮੇਟੀ ਹੈ ਜਿਹੜੀ ਗ੍ਰੀਨ ਪਲਾਜ਼ਾ ਤੋਂ। ਮਸਲਾ ਵਾ ਜੀ, ਜਿਹੜਾ ਸੰਨੀ ਖੋਸਲਾ ਨਾਂ ਦਾ ਜਿਹੜਾ ਵਿਅਕਤੀ ਹੈ, ਉਹਦੇ ਵੱਲੋਂ ਜਿਹੜਾ ਵਾ ਯਿਸੂ ਮਸੀਹ ਜੀ ਨੂੰ ਸ੍ਰਿਸ਼ਟੀਕਰਤਾ ਜਿਹੜਾ ਲਿਖਿਆ ਗਿਆ ਵਾ, ਜਦਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਵਾਲਮੀਕਿ ਸਮਾਜ ਆ, ਉਹ ਦੇਸ਼ਾਂ 'ਚ ਵਿਦੇਸ਼ਾਂ 'ਚ ਵੱਸਦਾ ਜਿਹੜਾ ਵਾਲਮੀਕਿ ਸਮਾਜ ਆ, ਉਹ ਸ੍ਰਿਸ਼ਟੀਕਰਤਾ ਜਿਹੜਾ ਵਾ, ਜਿਹੜਾ ਸ਼ਬਦ ਜਿਹੜਾ ਯੂਜ਼ ਹੁੰਦਾ ਵਾ, ਉਹ ਭਗਵਾਨ ਵਾਲਮੀਕਿ ਲਈ ਯੂਜ਼ ਹੁੰਦਾ ਵਾ, ਉਹਨੂੰ ਸਮਾਜ ਜਿਹੜਾ ਸਾਡਾ ਲਿਖਦਾ ਵਾ, ਸੰਬੋਧਨ ਕਰਦਾ ਵਾ, ਜਿਹਦੇ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਨਾ। ਪਰ ਇਸ ਵਿਅਕਤੀ ਨੇ ਕੀ ਕੀਤਾ ਵਾ ਕਿ ਯਿਸੂ ਮਸੀਹ ਜੀ ਦੇ ਨਾਲ ਜਿਹੜਾ ਵਾ ਸ੍ਰਿਸ਼ਟੀਕਰਤਾ ਜਿਹੜਾ ਨਾਲ ਸ਼ਬਦ ਜੋੜ ਦਿੱਤਾ ਗਿਆ ਵਾ। ਇੱਥੇ ਵਿਸ਼ੇਸ਼ ਜ਼ਿਕਰਯੋਗ ਚੀਜ਼ ਆਹ ਵਾ ਕਿ ਵੀ ਬਹੁਤ ਲੰਬੇ ਸਮੇਂ ਤੋਂ ਜਿਹੜਾ ਸਾਡਾ ਵਾਲਮੀਕਿ ਸਮਾਜ ਜਿਹੜਾ ਵਾ ਧਰਮ ਪਰਿਵਰਤਨ ਜਿਹੜੀ ਮਾਰ ਝੇਲ ਰਿਹਾ ਵਾ, ਔਰ ਗੰਭੀਰ ਲੜਾਈ ਲੜ ਰਿਹਾ ਵਾ, ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਸਾਈ ਮਿਸ਼ਰੀਆਂ ਨੇ ਉਹਨਾਂ ਹਰ ਵਾਰੀ ਘਟੀਆ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾ, ਜਿਹੜਾ ਵਾਲਮੀਕਿ ਸਮਾਜ ਜਿਹੜੇ ਧਰਮ ਨੂੰ ਨੀਵਾਂ ਦਿਖਾ ਕੇ ਈਸਾਈ ਲੋਕਾਂ ਨੂੰ ਕਨਵਰਟ ਕੀਤਾ ਜਾਵੇ, ਉਸ ਜਿਹੜੀ ਹੈ ਸਾਜਿਸ਼ ਜਿਹੜੇ ਤਹਿਤ ਜਿਹੜਾ ਸੰਨੀ ਖੋਸਲਾ ਨੇ ਜਿਹੜੇ ਆ ਵਾ ਕਿ ਸ੍ਰਿਸ਼ਟੀਕਰਤਾ ਬੜਾ ਵਰਡ ਯੂਜ਼ ਕੀਤਾ ਵਾ ਯਿਸੂ ਮਸੀਹ ਲਈ ਜੀ, ਕਿਉਂਕਿ ਜੇ ਆਪਾਂ ਈਸਾਈ ਮਤ ਦੇ ਅਨੁਸਾਰ ਦੇਖੀਏ ਨਾ, ਤਾਂ ਯਿਸੂ ਮਸੀਹ ਨੇ ਖੁਦ ਇੰਨੀ ਗੱਲ ਕਹੀ ਹੈ ਕਿ ਮੈਂ ਪਰਮਾਤਮਾ ਦਾ ਪੁੱਤਰ ਹਾਂ, ਮੈਂ ਸ੍ਰਿਸ਼ਟੀਕਰਤਾ ਨਹੀਂ ਹੈ। ਜਿਹੜਾ ਸ੍ਰਿਸ਼ਟੀਕਰਤਾ ਵਾ ਉਹ ਸਿਰਫ ਸਿਰਫ ਭਗਵਾਨ ਵਾਲਮੀਕਿ ਆ, ਯਿਸੂ ਮਸੀਹ ਜੀ ਨੇ ਆਪਣੇ ਆਪ ਨੂੰ ਪਰਮਾਤਮਾ ਦਾ ਪੁੱਤਰ ਕਿਹਾ ਵਾ, ਇਹ ਵਿਸ਼ੇਸ਼ ਜ਼ਿਕਰਯੋਗ ਚੀਜ਼ ਹੈ। ਜਿਹੜਾ ਵਾਲਮੀਕਿ ਸਮਾਜ ਆ ਉਹ ਹਰ ਇੱਕ ਧਰਮ ਦਾ ਜਿਹੜਾ ਵਾ ਉਹ ਮਾਨ ਸਨਮਾਨ ਕਰਦਾ ਵਾ, ਪਰ ਆਪਣੇ ਗੁਰੂ ਭਗਵਾਨ ਵਾਲਮੀਕਿ ਮਹਾਰਾਜ ਦਾ ਜਿਹੜਾ ਸਾਹ ਸਾਰਿਆਂ ਨਾਲੋਂ ਉੱਚਾ ਰੱਖਦਾ ਵਾ। ਇਸ ਕਰਕੇ ਅਸੀਂ CP ਸਾਹਿਬ ਨੂੰ ਅੱਜ ਮੰਗ ਪੱਤਰ ਦਿੱਤਾ ਵਾ ਸਮੂਹ ਜਥੇਬੰਦੀਆਂ ਨੇ ਵਾਲਮੀਕਿ ਸਮਾਜ ਵੱਲੋਂ, ਕਿ ਜਿਹੜਾ ਇਹ ਜਿਹੜਾ ਸੰਨੀ ਖੋਸਲਾ ਵਾ ਜਿਹੜਾ ਨਾਂ ਦਾ ਵਿਅਕਤੀ ਆ, ਇਹ 'ਤੇ ਜਿਹੜਾ 295 ਇਹਦਾ ਜਿਹੜਾ ਪਰਚਾ ਦਰਜ ਕੀਤਾ ਜਾਵੇ, ਔਰ ਨਾਲ ਦੀ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜੀਆਂ ਫਲੈਕਸਾਂ ਲੱਗੀਆਂ ਗਈਆਂ ਵਾ ਉਹਨੂੰ ਲਵਾਈਆਂ ਜਾਣ। CP ਸਾਹਿਬ ਨੇ ਜਿਹੜਾ ਆਸ਼ਵਾਸਨ ਦਿੱਤਾ ਵਾ ਕਿ ਤੁਹਾਡੇ ਨਾਲ ਪੂਰਾ ਨਿਆਂ ਕੀਤਾ ਜਾਊਗਾ, ਔਰ DCP ਲਾਅ ਐਂਡ ਆਰਡਰ ਸਾਹਿਬ ਨੂੰ ਜਿਹੜੀ ਜਿਹੜੀ ਸਾਡੀ ਜਿਹੜਾ ਮੰਗ ਪੱਤਰ ਆ ਉਹ ਮਾਰ ਕਰ ਦਿੱਤਾ ਗਿਆ ਵਾ। ਦੇਖੋ ਜੀ, ਜੇ ਮੰਗ ਸਾਡੀ ਨਹੀਂ ਪੂਰੀ ਕੀਤੀ ਜਾਂਦੀ ਤਾਂ ਵਾਲਮੀਕਿ ਸਮਾਜ ਜਿਹੜਾ ਵਾ ਉਹ ਆਪਣੇ ਗੁਰੂ ਦੇ ਮਾਨ ਸਨਮਾਨ ਲਈ ਹਰ ਜਿਹੜਾ ਸੰਘਰਸ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਵਾ, ਅਤੇ ਹੁਣ ਵੀ ਤਿਆਰ ਰਹੇਗਾ। ਉੱਥੇ ਦੂਜੇ ਪਾਸੇ ਜਦ ਸੰਨੀ ਖੋਸਲਾ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਹਰੇਕ ਧਰਮ ਦਾ ਉਹ ਸਨਮਾਨ ਕਰਦੇ ਨੇ। ਉਹਨਾਂ ਨੇ ਕਿਹਾ ਕਿ ਅਣਜਾਣੇ ਵਿੱਚ ਫਲੈਕਸ ਬੋਰਡ ਉੱਤੇ ਪ੍ਰਭੂ ਯਿਸੂ ਮਸੀਹ ਨੂੰ ਸ੍ਰਿਸ਼ਟੀਕਰਤਾ ਲਿਖਵਾਇਆ ਗਿਆ ਹੈ, ਉਸ ਦਾ ਮਕਸਦ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਮੇਰਾ ਨਾਮ ਸੰਨੀ ਖੋਸਲਾ ਜੀ, ਜੋ ਕਿ ਫਲੈਕਸ ਬੋਰਡ ਦੇ ਮੇਰੇ ਕੋਲ ਗਲਤੀ ਨਾਲ ਸ੍ਰਿਸ਼ਟੀਕਰਤਾ ਯਿਸੂ ਲਿਖਿਆ ਗਿਆ। ਮੈਂ ਸਾਰੇ ਵਾਲਮੀ ਸਮਾਜ ਤੋਂ ਅਤੇ ਭਾਈਚਾਰੇ ਜਿੰਨਾ ਵੀ ਵਾਲਮੀ ਭਾਈਚਾਰੇ ਤੋਂ ਮਾਫੀ ਮੰਗਦਾ ਵਾਂ। ਇਸ 'ਤੇ ਮੈਂ ਸ਼ਮਾ ਯੋਗ ਨੇ ਸਾਰੇ ਸਮਾਜ ਨੂੰ ਹੱਥ ਜੋੜ ਕੇ ਕਹਿੰਦਾ ਕਿ ਮੈਨੂੰ ਸ਼ਮਾ ਕੀਤਾ ਜਾਵੇ, ਅਣਜਾਣੇ ਵਿੱਚ ਜੋ ਲਿਖਿਆ ਗਿਆ ਅੱਗਿਓਂ ਨਾ ਲਿਖਿਆ ਜਾਵੇ। ਇਹੋ ਚਾਹੁੰਦੇ ਹੋਏ ਜੈ ਵਾਲਮੀਕਿ, ਹਰਿ ਵਾਲਮੀਕਿ। ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV, NRI।